ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ ਸਾਰੇ? ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਗੇ। ਅਸੀਂ ਅੱਜ ਆਏ ਹਾਂ ਪੰਚਕੂਲਾ ਨਾਢਾ ਸਾਹਿਬ ਗੁਰਦੁਆਰੇ, ਜੋ ਕਿ ਆ ਬਹੁਤ ਹੀ ਪ੍ਰਸਿੱਧ ਗੁਰਦੁਆਰਾ। ਉੱਧਰ ਦਾ ਕਾਫੀ ਦੁਨੀਆ ਬਹੁਤ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੀ ਹੈ ਇੱਥੇ ਦਰਸ਼ਨ ਕਰਨ। ਹੋਰ ਅਸੀਂ ਵੀ ਪੰਚਕੂਲਾ ਤਾਂ ਹੈਗੇ ਸੀ, ਅਸੀਂ ਕਿਹਾ ਕਿ ਅਸੀਂ ਵੀ ਜ਼ਰੂਰ ਇੱਥੇ ਦਰਸ਼ਨ ਕਰਨੇ ਨੇ ਅਗਰ ਅਸੀਂ ਇੱਧਰ ਆਏ ਹਾਂ ਤਾਂ। ਹੋਰ ਇਹ ਨਾਢਾ ਸਾਹਿਬ ਗੁਰਦੁਆਰਾ ਤੁਹਾਨੂੰ ਪੂਰਨਮਾਸ਼ੀ 'ਤੇ ਕਾਫੀ ਕਰਾਊਡ ਮਿਲੇਗਾ, ਬਟ ਅਦਰ ਡੇਜ਼ ਨੋਰਮਲ ਰਹਿੰਦਾ। ਐਂਡ ਦਾ ਪਾਰਕਿੰਗ ਸਪੇਸ ਹੈ, ਕਾਫੀ ਸਪੇਸ਼ੀਅਸ ਔਰ ਕਾਫੀ ਜਗ੍ਹਾ ਹੈ, ਕੋਈ ਦਿੱਕਤ ਨਹੀਂ ਆਏਗੀ। ਔਰ ਗੁਰਦੁਆਰਾ ਵੀ ਕਾਫੀ ਵੱਡਾ ਹੈ। ਅਤੇ ਨਾਢਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਕੇ ਜੋ ਆਨੰਦ ਆਇਆ, ਉਹਦਾ ਤਾਂ ਬਿਆਨ ਕਰਨਾ ਹੀ ਬੜਾ ਮੁਸ਼ਕਿਲ ਹੈ। ਔਰ ਇੱਥੋਂ ਤੁਸੀਂ ਪ੍ਰਸ਼ਾਦ ਦੀ ਸੇਵਾ ਵੀ ਆਰਾਮ ਨਾਲ ਲੈ ਸਕਦੇ ਹੋ। ਔਰ ਇਹ ਵੇ ਗੁਰਦੁਆਰਾ, ਤੁਸੀਂ ਵੀ ਦਰਸ਼ਨ ਕਰੋ ਸੰਗਤ ਜੀ। ਔਰ ਇੱਥੇ ਮੰਨਿਆ ਜਾਂਦਾ ਹੈ ਕਿ ਜਿਹੜੀ ਮਨੋਕਾਮਨਾ ਤੁਸੀਂ ਮੰਗਦੇ ਹੋ ਉਹ ਜ਼ਰੂਰ ਪੂਰੀ ਹੁੰਦੀ ਹੈ। ਅਤੇ ਐਵੇਂ ਉੱਧਰ ਦਾ ਲੰਗਰ ਹਾਲ ਕਾਫੀ ਵੱਡਾ ਲੰਗਰ ਹਾਲ ਹੈ। ਅਸੀਂ ਤਾਂ ਦੁਪਹਿਰੀ ਲੰਚ ਕਰਕੇ ਹੀ ਆਏ ਸੀ ਅਤੇ ਅਸੀਂ ਲੰਗਰ ਤਾਂ ਨਹੀਂ ਕੀਤਾ, ਬਟ ਹਾਂ ਬਾਬਾ ਜੀ ਦੇ ਦਰਸ਼ਨ ਬਹੁਤ ਅੱਛੇ ਹੋਏ ਔਰ ਅੱਛੀ ਤਰ੍ਹਾਂ ਗੁਰਦੁਆਰੇ ਵਿਜ਼ਿਟ ਕੀਤਾ ਸੀ। ਹੋਰ ਇੱਧਰ ਤੁਹਾਨੂੰ ਮਿੰਨੀ ਡਿਸਪੈਂਸਰੀ ਮਿਲ ਜਾਏਗੀ, ਛੋਟੀ ਮੋਟੀ ਕਿਸੇ ਨੂੰ ਚੋਟ ਜਾਂ ਕੋਈ ਦਵਾਈ ਲੈਣੀ ਹੋਈ ਉਹ ਵੀ ਤੁਹਾਨੂੰ ਮਿਲ ਜਾਏਗੀ। ਇਹ ਕਾਫੀ ਵੱਡਾ ਜੋੜੇ ਕਾਰ, ਲੰਗਰ ਹਾਲ, ਚਾਹ ਦੀ ਸੇਵਾ। ਔਰ ਅਗਰ ਤੁਸੀਂ ਕੋਈ ਲੰਗਰ 'ਤੇ ਕੋਈ ਸੇਵਾ ਦੇਣੀ ਹੋਏ, ਉੱਥੇ ਲੰਗਰ ਤੁਹਾਨੂੰ ਆਰਾਮ ਨਾਲ ਮਿਲ ਜਾਏਗਾ। ਕੱਚਾ ਲੰਗਰ ਜਿਵੇਂ ਦੇ ਆਟਾ ਅਤੇ ਦਾਲਾਂ, ਜੋ ਤੁਸੀਂ ਇਹ ਗੁਰਦੁਆਰੇ 'ਤੇ ਚੜ੍ਹਾ ਸਕਦੇ ਹੋ। ਹੋਰ ਮੈਂ ਵੀ ਇੱਥੇ ਬਾਬਾ ਜੀ ਦੀ ਤਸਵੀਰਾਂ, ਕੜੇ, ਜੋ ਵੀ ਤੁਸੀਂ ਵਟੈਵਰ ਕੋਈ ਸਮਾਨ ਲੈਣਾ ਹੋਏ ਗੁਰਦੁਆਰੇ ਤੋਂ ਰਿਲੇਟਿਡ, ਉਹ ਸਾਰੀ ਮਾਰਕੀਟ ਹੈ, ਕਾਫੀ ਵੱਡੀ ਬਣੀ ਹੋਈ ਹੈ, ਜਿੱਥੋਂ ਤੁਸੀਂ ਸ਼ੋਪਿੰਗ ਵੀ ਕਰ ਸਕਦੇ ਹੋ। ਔਰ ਬੱਚਿਆਂ ਦਾ ਮਤਲਬ ਦਾ ਸਮਾਨ ਵੀ ਕਾਫੀ।